ਜਦੋਂ ਚਮਕੌਰ ਦੀ ਹਵੇਲੀ ਦੇ ਵਿੱਚੋਂ ਮੇਰੇ ਕਲਗੀਆਂ ਵਾਲੇ ਨੇ ਚਾਲੇ ਪਾਏ ਆ ਨਾ, ਅਤੇ ਮੈਂ ਜਦੋਂ ਵਿਦਵਾਨਾਂ ਨੂੰ ਪੜ੍ਹਦਾ ਵਾਂ ਅਤੇ ਵਿਦਵਾਨਾਂ ਨੇ ਕਈਆਂ ਨੇ ਇਸ ਢੰਗ ਦੇ ਵਿੱਚ ਲਿਖਿਆ, ਸੱਚੀ ਮੁੱਚੀ ਅੰਦਰੋਂ ਰੁੱਗ ਭਰ ਕੇ ਲੈ ਜਾਂਦੀਆਂ ਨੇ ਉਹਨਾਂ ਦੀਆਂ ਲਿਖਤਾਂ। ਕਹਿੰਦੇ ਅਸਮਾਨ 'ਤੇ ਬੱਦਲ ਸੀ, ਅਸਮਾਨ 'ਤੇ ਬੱਦਲ ਸੀ। ਵੈਸੇ ਤੁਸੀਂ ਨਾ ਹਿਸਟਰੀ ਜਿੰਨੀ ਦੇਰ ਤੱਕ ਉੱਥੋਂ ਦੀ ਭੂਗੋਲਿਕ ਸਥਿਤੀ ਨੂੰ ਤੁਸੀਂ ਨਹੀਂ ਨਾ ਜਾਣਦੇ, ਤੁਸੀਂ ਹਿਸਟਰੀ ਕਦੀ ਨਿਆਂ ਨਹੀਂ ਕਰ ਸਕਦੇ। ਭੂਗੋਲਿਕ ਸਥਿਤੀ ਵੇਖਣੀ ਪੈਂਦੀ ਉੱਥੋਂ ਦੀ। ਜਦੋਂ ਕਲਗੀ ਧਰ ਤਿਆਗ ਦੀ ਉਦਾਹਰਣ ਦੇ ਰਿਹਾ ਮੈਂ, ਸਾਰੇ ਸੁਣ ਕੇ ਜਾਇਆ ਜੇ, ਜਦੋਂ ਉਸ ਧਰਤੀ ਦੇ ਉੱਤੇ ਕਲਗੀ ਧਰ ਪਿਤਾ ਮਹਾਰਾਜ ਚਾਲੇ ਪਾਉਂਦੇ ਨੇ ਅਤੇ ਵਿਦਵਾਨ ਲਿਖਦੇ ਨੇ, ਕਹਿੰਦੇ ਅਸਮਾਨ 'ਤੇ ਥੋੜ੍ਹੇ ਥੋੜ੍ਹੇ ਬੱਦਲ ਸੀ। ਅਤੇ ਜਦੋਂ ਤੁਹਾਨੂੰ ਪਤਾ ਨੈਗੇਟਿਵ ਅਤੇ ਪੋਜ਼ਿਟਿਵ ਇੱਕ ਦੂਸਰੇ ਦੇ ਨਜ਼ਦੀਕ ਆਉਂਦੇ ਨੇ, ਅਤੇ ਅਸਮਾਨ ਦੇ ਵਿੱਚ ਇੱਕ ਬਲਾਸਟ ਹੁੰਦਾ ਹੈ ਜਿਹਨੂੰ ਆਪਾਂ ਕਹਿੰਦੇ ਹਾਂ ਬਿਜਲੀ ਲਿਸ਼ਕੀ ਹੈ। ਕੀ ਕਹਿੰਦੇ ਹਾਂ ਉਹ, ਬੋਲੋ ਕੀ ਕਹਿੰਦੇ ਹਾਂ? ਬਿਜਲੀ ਲਿਸ਼ਕੀ ਹੈ। ਜਦੋਂ ਨੈਗੇਟਿਵ ਅਤੇ ਪੋਜ਼ਿਟਿਵ ਇੱਕ ਦੂਸਰੇ ਦੇ ਨੇੜੇ ਆਉਂਦੇ ਨੇ, ਅਤੇ ਅਸਮਾਨ 'ਤੇ ਇੱਕ ਬਲਾਸਟ ਹੁੰਦਾ, ਬੜਾ ਜ਼ਬਰਦਸਤ, ਇੰਨਾ ਕੁ ਜ਼ਬਰਦਸਤ ਬਲਾਸਟ ਹੁੰਦਾ। ਅਤੇ ਉਸ ਤੋਂ ਬਾਅਦ ਆਪਾਂ ਕਹਿੰਦੇ ਹਾਂ ਧਰਤੀ 'ਤੇ ਚਾਨਣ ਹੋ ਗਿਆ। ਕਹਿੰਦੇ ਮੇਰੇ ਕਲਗੀ ਧਰ ਪਿਤਾ ਮਹਾਰਾਜ ਜਦੋਂ ਚਾਲੇ ਪਾਉਂਦੇ ਨੇ ਅਤੇ ਅਸਮਾਨ 'ਤੇ ਬੱਦਲ ਗਰਜੇ ਹੈ, ਬਲਾਸਟ ਹੋਇਆ, ਬਿਜਲੀ ਚਮਕੀ ਹੈ ਅਤੇ ਧਰਤੀ 'ਤੇ ਉਹਦੀ ਰੋਸ਼ਨੀ ਪਈ ਹੈ, ਅਤੇ ਕੀ ਵੇਖਿਆ ਵੀ ਆਹ ਸਾਹਮਣੇ ਮੇਰਾ ਅਜੀਤ ਸਿਉਂ ਹੈ, ਧਰਤੀ 'ਤੇ ਜੰਗ ਦੇ ਮੈਦਾਨ ਦੇ ਵਿੱਚ ਸ਼ਹੀਦ ਹੋ ਗਿਆ, ਲੜਦਾ ਲੜਦਾ ਪਰ ਜਵਾਨੀ ਦੀ ਉਮਰ, ਮੁੱਛ ਫੁੱਟ ਮੇਰਾ ਗੱਭਰੂ, ਧਰਤੀ 'ਤੇ ਲਸ਼ਕੋਰ ਪਈ ਹੈ ਅਤੇ ਸਾਹਮਣੇ ਨਜ਼ਰ ਪਈ ਹੈ ਵੀ ਆਹ ਮੇਰਾ ਅਜੀਤ ਸਿਉਂ। ਅੰਦਾਜ਼ਾ ਲਾ ਕੇ ਦੇਖਿਆ ਜੇ ਮੇਰੇ ਕਲਗੀ ਧਰ ਪਿਤਾ ਮਹਾਰਾਜ ਨੇ ਨਾ ਵੇਖਣ ਤੋਂ ਬਾਅਦ ਅਗਾਂਹ ਚਾਲੇ ਪਾ ਦਿੱਤੇ, ਅਗਲੇ ਸਫ਼ਰ ਦੇ ਪਾਂਧੀ ਬਣੇ, ਚਾਲੇ ਪਾ ਦਿੱਤੇ। ਜਦੋਂ ਚਾਲੇ ਪਾਏ ਆ ਨਾ, ਨਾਲ ਹੀ ਮਗਰ ਆ ਰਿਹਾ ਦਇਆ ਸਿੰਘ। ਕੌਣ ਆ ਰਿਹਾ? ਦਇਆ ਸਿੰਘ। ਅਤੇ ਦਇਆ ਸਿੰਘ ਦੇ ਮਨ ਦੇ ਵਿੱਚ ਆਇਆ, ਕਹਿੰਦਾ ਵੀ ਨਹੀਂ, ਮੈਂ ਆਪਣਾ ਇੱਕ ਮੁੱਢਲਾ ਫਰਜ਼ ਨਿਭਾਵਾਂ। ਅੱਜ ਵੀ ਮੈਂ ਗਲ 'ਚ ਝੂਰੀਆ ਪਾਇਆ ਨਾ, ਪੁਰਾਣੇ ਲੋਕ ਲੱਕ ਨਾਲ ਕਮਰ ਕਸਾ ਕਰਦੇ ਹੁੰਦੇ ਸੀ। ਕੀ ਕਰਦੇ ਸੀ? ਕਮਰ ਕਸੇ ਦੇ ਅਰਥ ਹੁੰਦੇ ਸੀ ਤਿਆਰ ਬਰ ਤਿਆਰ ਰਹਿਣਾ। ਆਪਾਂ ਕਈ ਵਾਰੀ ਕਹਿੰਦੇ ਨਹੀਂ ਕਿ ਵੀ ਕਮਰ ਕਸੇ ਕੱਸ ਲਓ ਬਈ, ਆਪਾਂ ਕਹਿੰਦੇ ਹਾਂ ਨਾ ਮਿੱਤਰੋ ਕਮਰ ਕਸੇ ਕੱਸ ਲਓ ਫਿਰ ਆਪਾਂ ਛੇਤੀ ਨਿਕਲਣਾ, ਕਰਦੇ ਹਾਂ ਨਾ। ਉਹ ਕਮਰ ਕਸਾ ਉਹਨੇ ਲੱਕ ਦੇ ਨਾਲ ਉਹ ਖੋਲ੍ਹਿਆ, ਅਤੇ ਲੱਕ ਦੇ ਨਾਲ ਉਹ ਖੋਲ੍ਹ ਕੇ ਨਾ, ਕਮਰ ਕਸਾ ਲੰਮਾ ਸੀ, ਉਹਨੇ ਸਾਹਿਬਜ਼ਾਦਾ ਅਜੀਤ ਸਿੰਘ ਦੇ ਉੱਤੇ ਇੰਜ ਕਰਕੇ ਪਾ ਦਿੱਤਾ। ਇੱਕ ਕਫਨ ਦਾ ਫਰਜ਼ ਨਿਭਾਇਆ ਵੀ ਮੈਂ ਕਲਗੀ ਧਰ ਪਿਤਾ ਮਹਾਰਾਜ ਤੇਰੇ ਘਰ ਦਾ ਸਿੱਖਾਂ, ਮੈਥੋਂ ਦੇਣ 'ਤੇ ਨਹੀਂ ਦਿੱਤਾ ਜਾ ਸਕਦਾ, ਪਰ ਮੈਂ ਇੱਕ ਕਮਰ ਕਸਾ ਪਾ ਕੇ ਮੈਂ ਤੇਰੇ ਪੁੱਤਰ ਦੀ ਲੋਥ ਨੂੰ ਅੱਜ ਇਸ ਧਰਤੀ ਦੇ ਉੱਤੇ ਨੰਗੀਆਂ ਨਹੀਂ ਰਹਿਣ ਦੇਣਾ। ਅਤੇ ਮੇਰੇ ਕਲਗੀ ਧਰ ਪਿਤਾ ਮਹਾਰਾਜ ਜਦੋਂ ਪਿੱਛਾ ਭੌਂ ਕੇ ਵਹਿੰਦੇ ਨੇ, ਕਹਿੰਦੇ ਦਇਆ ਸਿੰਘ ਕੀ ਕਰਦਾ? ਸੁਣਿਆ ਜੇ, ਦਇਆ ਸਿੰਘ ਕੀ ਕਰਦਾ? ਦਇਆ ਸਿੰਘ ਕਹਿੰਦੇ ਕਿ ਛੋਟਾ ਜਿਹਾ ਫਰਜ਼ ਨਿਭਾ ਰਿਹਾ ਵਾਂ, ਅੱਜ ਅਜੀਤ ਸਿੰਘ ਜੰਗ ਦੇ ਮੈਦਾਨ ਦੇ ਵਿੱਚ ਵਿਛਿਆ ਹੈ, ਅਤੇ ਮੇਰਾ ਚਿੱਤ ਕਰਦਾ ਵੀ ਲੱਕ ਦਾ ਕਮਰ ਕਸਾ ਖੋਲ੍ਹ ਕੇ ਇਹਦੇ ਉੱਤੇ ਕਫਨ ਪਾ ਦਿਆਂ। ਅਤੇ ਮੇਰੇ ਕਲਗੀ ਧਰ ਪਿਤਾ ਮਹਾਰਾਜ ਦੇ ਬੋਲ ਵੇਖਿਆ ਜੇ ਕੀ ਹੋ ਜੇ ਨੇ, ਕਹਿਣ ਲੱਗੇ ਦਇਆ ਸਿੰਘ ਮੈਂ ਕਦੀ ਕਿਸੇ ਨਾਲ ਵਿਤਕਰਾ ਨਹੀਂ ਕੀਤਾ, ਅਤੇ ਮੈਂ ਜੰਗ ਦੇ ਮੈਦਾਨ ਦੇ ਵਿੱਚ ਵੀ ਅੱਜ ਵਿਤਕਰਾ ਨਹੀਂ ਹੋਣ ਦੇਣਾ। ਜੇ ਕਫਨ ਪਾਉਣਾ ਅਤੇ ਜਿੰਨੇ ਜੰਗ ਦੇ ਮੈਦਾਨ ਦੇ ਵਿੱਚ ਸ਼ਹੀਦ ਹੋਏ ਨੇ ਸਾਰਿਆਂ 'ਤੇ ਪਾ, ਜੇ ਸਾਰਿਆਂ ਜੋਗਾ ਤੇਰੇ ਕੋਲ ਕਫਨ ਨਹੀਂ ਤਾਂ ਮੈਂ ਆਪਣੇ ਪੁੱਤਰ ਅਜੀਤ ਸਿੰਘ 'ਤੇ ਅੱਜ ਕਫਨ ਨਹੀਂ ਇੱਥੇ ਪੈਣ ਦੇਣਾ। ਮੈਂ ਕਦੀ ਵਿਤਕਰਾ ਨਹੀਂ ਕੀਤਾ, ਮੈਂ ਕਦੀ ਭੇਦਭਾਵ ਨਹੀਂ ਕੀਤਾ, ਨਾ ਜਾਤੀ ਭੇਦਭਾਵ ਕੀਤਾ, ਨਾ ਆਰਥਿਕ ਭੇਦਭਾਵ ਕੀਤਾ, ਨਾ ਧਰਮਾਂ ਦਾ ਭੇਦਭਾਵ ਕੀਤਾ, ਮੈਂ ਕਦੀ ਭੇਦਭਾਵ ਨਹੀਂ ਕੀਤਾ, ਮੈਂ ਜੰਗ ਦੇ ਮੈਦਾਨ ਦੇ ਵਿੱਚ ਭੇਦਭਾਵ ਨਹੀਂ ਹੋਣ ਦੇਣਾ। ਇਸ ਕਰਕੇ ਦਇਆ ਸਿਆਂ ਲੱਕ ਨਾਲ ਕਮਰ ਕਸਾ ਕਰੋ ਅਤੇ ਮੇਰੇ ਮਗਰ ਮਗਰ ਆਓ। ਇੱਥੇ ਇੱਕ ਵਿਦਵਾਨ ਲਿਖਦਾ, ਕਹਿੰਦਾ ਦੁਨੀਆਂ 'ਚ ਅੱਤ ਦੇ ਗਰੀਬ ਲੋਕ ਪਏ ਨੇ, ਕਹਿੰਦਾ ਦੁਨੀਆਂ 'ਚ ਅੱਤ ਦੇ ਗਰੀਬ ਲੋਕ ਪਏ ਨੇ, ਕਫਨੋਂ ਬਗੈਰ ਦਾਤਾ ਕਿਹਦੇ ਪੁੱਤ ਗਏ ਨੇ? ਕਹਿੰਦਾ ਕਲਗੀਆਂ ਵਾਲਿਆ, ਕਫਨਾਂ ਤੋਂ ਬਿਨਾਂ ਮੈਂ ਕਿਸੇ ਦਾ ਪੁੱਤ ਨਹੀਂ ਦੁਨੀਆਂ ਤੋਂ ਜਾਂਦਾ ਵੇਖਿਆ, ਪਰ ਅੱਜ ਤੇਰਾ ਅਜੀਤ ਸਿਉਂ, ਤੇਰਾ ਜੁਝਾਰ ਸਿਉਂ
ਬਿਨਾਂ ਕਫਨ ਦੇ ਜੰਗ ਦੇ ਮੈਦਾਨ ਦੇ ਵਿੱਚ ਪਏ ਹੋਏ ਨੇ। ਇੱਕ ਦਿਨ ਨਾ ਲੁਧਿਆਣੇ ਕਿਸੇ ਵੀਰ ਦਾ ਸੰਸਕਾਰ ਸੀ ਅਤੇ ਮੈਂ ਚਲਾ ਗਿਆ ਅਤੇ ਉੱਥੇ ਨਾ ਇੱਕ ਬੋਰਡ ਲੱਗਿਆ ਹੋਇਆ ਅਤੇ ਬੋਰਡ 'ਤੇ ਲਿਖਿਆ ਸੀ ਵੀ ਜੇ ਕੋਈ ਗਰੀਬ ਪਰਿਵਾਰ ਹੋਵੇ ਲੱਕੜ 'ਤੇ ਕਫਨ ਦਾ ਪ੍ਰਬੰਧ ਨਾ ਕਰ ਸਕਦਾ ਹੋਵੇ, ਧਿਆਨ ਦਿਆ ਜੇ ਬੋਰਡ 'ਤੇ ਲਿਖਿਆ ਸੀ, ਲੱਕੜ 'ਤੇ ਕਫਨ ਦਾ ਨਾ ਪ੍ਰਬੰਧ ਕਰ ਸਕਦਾ ਹੋਵੇ, ਅੰਤਿਮ ਕਿਰਿਆਵਾਂ ਨਾ ਕਰਨ ਯੋਗਾ ਹੋਵੇ ਅਤੇ ਹੇਠ ਲਿਖੇ ਨੰਬਰਾਂ 'ਤੇ ਸੰਪਰਕ ਕਰ ਦਿੱਤਾ ਜਾਵੇ, ਅਸੀਂ ਅੰਤਿਮ ਕਿਰਿਆ ਦੀਆਂ ਸਾਰੀਆਂ ਸਮੱਗਰੀ ਮੁਹੱਈਆ ਕਰਵਾਵਾਂਗੇ। ਅਤੇ ਮੈਂ ਮਨ ਹੀ ਮਨ 'ਚ ਸੋਚਿਆ ਸੀ, ਮੈਂ ਕਿਹਾ ਵੀ ਅੱਜ ਵੀ ਦੁਨੀਆ ਦੇ ਅੰਦਰ ਕਿਸੇ ਸ਼ਮਸ਼ਾਨ ਘਾਟ ਸ਼ਹਿਰਾਂ ਦੇ ਵਿੱਚ ਲਿਖਿਆ ਹੁੰਦਾ ਵੀ ਜੇ ਕੋਈ ਨਹੀਂ ਪ੍ਰਬੰਧ ਕਰਵਾ ਸਕਦਾ ਤਾਂ ਅਸੀਂ ਕਰਵਾ ਦਿਆਂਗੇ ਪ੍ਰਬੰਧ। ਅਤੇ ਕਲਗੀਧਰ ਪਿਤਾ ਮਹਾਰਾਜ, ਜੰਗ ਦੇ ਮੈਦਾਨ ਦੇ ਅੰਦਰ ਤੇਰੇ ਪੁੱਤਰ ਬਿਨਾਂ ਕਫਨ ਤੋਂ ਪਏ ਨੇ, ਦਇਆ ਸਿੰਘ ਕਫਨ ਪਾਉਣਾ ਚਾਹੁੰਦਾ ਪਰ ਮੇਰਾ ਕਲਗੀਆਂ ਵਾਲਾ ਕਹਿੰਦਾ ਮੈਂ ਭੇਦਭਾਵ ਨਹੀਂ ਹੋਣ ਦੇਣਾ, ਮੈਂ ਵਿਤਕਰਾ ਨਹੀਂ ਹੋਣ ਦੇਣਾ। ਜਿਹੜਾ ਦੁਸ਼ਮਣ ਨੂੰ ਵੀ ਤੀਰ ਮਾਰਦਾ ਅਤੇ ਸੋਨਾ ਲਾ ਕੇ ਮਾਰਦਾ ਵੀ ਜੇ ਮੌਤ ਵੀ ਹੋ ਜਾਵੇ ਤਾਂ ਤੇਰੀਆਂ ਅੰਤਿਮ ਕਿਰਿਆਵਾਂ ਹੋ ਸਕਣ, ਅੱਜ ਉਹਦੇ ਪੁੱਤਰ ਜੰਗ ਦੇ ਮੈਦਾਨ ਦੇ ਵਿੱਚ ਬਿਨਾਂ ਕਫਨ ਦੇ ਪਏ ਨੇ। ਤਿਆਗ ਕਿੱਡਾ ਵੱਡਾ, ਅੱਜ ਆਪਣੇ ਪੁੱਤਰਾਂ ਨੂੰ ਛੱਡ ਕੇ ਅਤੇ ਮੇਰਾ ਕਲਗੀਧਰ ਪਿਤਾ ਮਹਾਰਾਜ ਉਸ ਮਿਸ਼ਨ ਨੂੰ ਨਾ ਛੱਡਦਾ ਹੋਇਆ ਜੰਗ ਦੇ ਮੈਦਾਨ ਦੇ ਵਿੱਚੋਂ ਚਾਲੇ ਪਾ ਦਿੰਦਾ। ਇਹ ਹੁੰਦਾ ਜੇ ਤਿਆਗ, ਇਹ ਹੁੰਦਾ ਜੇ ਤਿਆਗ। ਨਹੀਂ ਤਾਂ ਦੁਨੀਆਂ ਦੇ ਵਿੱਚ ਇਹ ਗੱਲ ਮਸ਼ਹੂਰ ਹੈ, ਕਹਿੰਦੇ ਜੇ ਕਿਤੇ ਪਰ ਜਵਾਨੀ ਦੇ ਵਿੱਚ ਕਿਸੇ ਦਾ ਪੁੱਤ ਮਰ ਜਾਵੇ ਨਾ, ਕਿਸੇ ਦਾ ਬੱਚਾ ਪਰ ਜਵਾਨੀ ਦੇ ਵਿੱਚ ਮੁੱਕ ਜਾਵੇ ਨਾ, ਤੇ ਕਹਿੰਦੇ ਸਦਮਾ ਤੇ ਹੌਕਾ ਸਾਰੀ ਜ਼ਿੰਦਗੀ ਬੰਦੇ ਦੇ ਅੰਦਰੋਂ ਜਾਂਦਾ ਨਹੀਂ, ਪਰ ਮੇਰਾ ਕਲਗੀਆਂ ਵਾਲਾ ਜਕਾਰੇ ਕੇ ਜਾਂਦਾ ਹਵੇਲੀ ਦੇ ਵਿੱਚੋਂ ਚਾਲੇ ਪਾਉਂਦਾ, ਕਿੱਡਾ ਵੱਡਾ ਤਿਆਗ ਹੈ। ਅੱਕੋ ਸਤਨਾਮ ਸ੍ਰੀ ਵਾਹਿਗੁਰੂ। ਹੁਣ ਜਿਹੜੇ ਉਹਦੇ ਸਿੱਖ ਨੇ ਉਹਨਾਂ ਦੇ ਅੰਦਰ ਕਿਹੋ ਜਿਹਾ ਤਿਆਗ ਹੁੰਦਾ, ਉਹ ਵੀ ਤਿਆਗ ਦੇ ਵਿੱਚ ਨੇ। ਉਹਨਾਂ ਨੂੰ ਪਰਵਾਹ ਨਹੀਂ ਹੁੰਦੀ ਵੀ ਦੁਨੀਆਂ ਕਦੋਂ ਛੱਡਣੀਆਂ, ਚੀਜ਼ਾਂ ਕਦੋਂ ਛੱਡਣੀਆਂ ਨੇ, ਆਉਣ ਦਾ ਚਾਅ। ਸਾਨੂੰ ਨਾ ਅਹੁਦਿਆਂ ਦੇ ਆਉਣ ਦਾ ਚਾਅ ਬੜਾ ਹੈ ਅਤੇ ਅਹੁਦਿਆਂ ਦੇ ਛੱਡਣ ਦਾ ਦੁੱਖ ਬੜਾ ਹੈ। ਮੈਂ ਕਈ ਵਾਰੀ ਵੇਖਦਾ ਵਾਂ ਜਿਹੜੇ ਅਹੁਦੇ ਕੁਰਸੀ 'ਤੇ ਬਹਿਣ ਵੇਲੇ ਬੜੀਆਂ ਫੋਟੋਆਂ ਖਿਚਾ ਕੇ ਅਖਬਾਰਾਂ ਦੇ ਵਿੱਚ ਦਿੰਦੇ ਨੇ ਨਾ, ਮੈਂ ਕਿਹਾ ਜਿਨ੍ਹਾਂ ਨੂੰ ਅਹੁਦੇ ਆਉਣ ਦਾ ਚਾਅ ਬੜਾ ਨਾ, ਜਿੱਦਣ ਅਹੁਦੇ ਜਾਂਦੇ ਨੇ ਗਮ ਵੀ ਬੜਾ ਲੱਗਦਾ, ਦਿਲ 'ਤੇ ਲਾ ਲੈਂਦੇ ਨੇ, ਕਹਿੰਦੇ ਹਾਏ ਕੁਰਸੀ ਗਈ, ਹਾਏ ਟਿਕਟ ਗਈ। ਅਤੇ ਚੇਤੇ ਰੱਖਿਆ ਜੇ ਜਿਹਨਾਂ ਨੂੰ ਆਉਣ ਦੀ ਪਰਵਾਹ ਨਾ ਹੋਵੇ ਉਹਨਾਂ ਨੂੰ ਜਾਣ ਦਾ ਵੀ ਫਿਕਰ ਨਹੀਂ ਹੁੰਦਾ। ਅੱਕੋ ਸਤਨਾਮ ਸ੍ਰੀ, ਕਿ ਉਹ ਕੌਣ ਹੋ ਸਕਦਾ, ਉਹ ਤਾਂ ਰੱਬ ਨਾਲ ਰੰਗਿਆ ਅਤੇ ਜੁੜਿਆ ਹੋ ਸਕਦਾ ਨਾ।